ਇਹ ਕਰਨ ਲਈ ਕਿਹੜੇ ਪੰਪ ਜਿਹੜੇ ਨੇ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੇ ਗਏ ਆ? ਦੇਖੋ ਕਿਸਾਨ ਵੀਰੋ, ਆਮ ਤੌਰ ਤੇ ਕਿਸਾਨ ਭਰਾ ਸਾਡੇ ਪੈਰ ਨਾਲ ਫੁੱਟ ਆਪਰੇਟਡ ਜਿਹੜਾ ਹੈ ਚੱਲਣ ਵਾਲਾ ਸਪਰੇਅਰ ਜਾਂ ਪਾਵਰ ਸਪਰੇਅਰ ਵਰਤਦੇ ਨੇ, ਪਰ ਦੋ ਸਪਰੇਅਰ ਹੋਰ ਅਜਿਹੇ ਨੇ ਜਿਹੜੇ ਕਿ ਬਹੁਤ ਜਲਦੀ ਕੰਮ ਕਰਨ ਵਾਸਤੇ ਸਾਡੇ ਬਹੁਤ ਹੀ ਕਾਰਜਸ਼ੀਲ ਨੇ, ਬਹੁਤ ਵਧੀਆ ਉਹਨਾਂ ਦੀ ਰਿਜ਼ਲਟ ਨੇ। ਇੱਕ ਤੇ ਹੈ ਜੀ ਐਰੋ ਬਲਾਸਟ ਸਪਰੇਅਰ। ਐਰੋ ਬਲਾਸਟ ਸਪਰੇਅਰ ਮਤਲਬ ਕਿ ਉਹ ਸਪਰੇਅਰ ਜਿਹੜਾ ਕਿ ਹਵਾ ਦੇ ਪ੍ਰੈਸ਼ਰ ਨਾਲ ਤੁਹਾਡਾ ਜਿਹੜਾ ਹੈ ਸਪਰੇ ਕਰੇਗਾ। ਇਹ ਜਿਹੜਾ ਟਰੈਕਟਰ ਨਾਲ ਚੱਲਦਾ ਹੈ ਤੇ ਇਹਦੇ ਜਿਹੜੇ ਟੈਂਕ ਦੀ ਕਪੈਸਿਟੀ ਜਿਹੜੀ ਹੈ ਉਹ 400 ਲੀਟਰ ਦਾ ਟੈਂਕ ਇਹਦੇ ਨਾਲ ਲਗਾਇਆ ਜਾਂਦਾ ਹੈ ਜੀ। ਤੇ ਜੇ ਆਪਾਂ ਇਹਦੀ ਫੀਲਡ ਕਪੈਸਿਟੀ ਦੀ ਗੱਲ ਕਰੀਏ, ਕਾਰਜਸ਼ੀਲਤਾ ਦੀ ਗੱਲ ਕਰੀਏ, ਤੇ ਲਗਭਗ 1 ਤੋਂ 1.5 ਹੈਕਟੇਅਰ 100 ਪ੍ਰਤੀ ਜਿਹੜਾ ਘੰਟੇ ਚ ਕੰਮ ਹੋ ਜਾਂਦਾ ਹੈ ਜੀ। ਬਹੁਤ ਤੇਜ਼ ਕੰਮ ਹੁੰਦਾ ਹੈ। ਤੇ ਇਹਦੇ ਚ ਇੱਕ ਹੋਰ ਖਾਸ ਗੱਲ ਇਹ ਹੈ ਕਿ ਇਹਦੇ ਜਿਹੜਾ ਸਪਰੇਅ ਵਾਲਾ ਮੂੰਹ ਹੈ ਜਿੱਥੋਂ ਕਿ ਆਪਣਾ ਸਪਰੇਅ ਹੋਣਾ, ਉਹਨੂੰ ਆਪਾਂ 360 ਡਿਗਰੀ ਤੱਕ ਵੀ ਘੁਮਾ ਸਕਦੇ ਹਾਂ। ਮਤਲਬ ਇਹਨੂੰ ਕਿਸੇ ਵੀ ਡਾਇਰੈਕਸ਼ਨ ਚ ਇੱਕੋ ਜਗ੍ਹਾ ਤੇ ਖੜ ਕੇ ਘੁਮਾ ਲਓ ਤੇ ਇਸ ਹਿਸਾਬ ਨਾਲ ਤੁਹਾਡਾ ਹੈ ਬਹੁਤ ਹੀ ਵਧੀਆ ਕੰਮ ਹੋ ਜਾਂਦਾ ਹੈ ਜੀ। ਤੇ ਜਦੋਂ ਆਪਾਂ ਟੈਂਕ ਨੂੰ